ਹੈਲੋ ਫਰੈਂਡਸ, ਵੈਲਕਮ ਟੂ ਦਾ ਬਿਗ ਵੀਡੀਓ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਰਣਜੀਤ ਬਾਵਾ ਦੀ ਮੂਵੀ ਤੂਫਾਨ ਸਿੰਘ ਅੱਜ ਰਿਲੀਜ਼ ਹੋ ਗਈ ਹੈ, ਜੋ ਕਿ ਰੀਅਲ ਸਟੋਰੀ ਬੇਸ ਫਿਲਮ ਹੈ। ਇਹ ਸ਼ਹੀਦ ਬਾਈ ਗੁਜਰਾਤ ਸਿੰਘ ਤੂਫਾਨ 'ਤੇ ਬਣਾਈ ਗਈ ਹੈ। ਇਹ ਫਿਲਮ ਪੰਜਾਬ ਵਿੱਚ ਬੈਨ ਹੋ ਗਈ ਹੈ ਐਂਡ ਇਸ ਫਿਲਮ ਨੂੰ ਗੁਰਚਰਨ ਵੀਰਕ ਨੇ ਡਾਇਰੈਕਟ ਕੀਤਾ ਹੈ, ਇਸ ਲਈ ਇਹ ਫਿਲਮ ਇੰਡੀਆ ਵਿੱਚ ਰਿਲੀਜ਼ ਨਹੀਂ ਹੋਏਗੀ। ਤੂਫਾਨ ਸਿੰਘ ਫਿਲਮ ਨੂੰ ਪੰਜਾਬ ਦੇ ਲੋਕ ਦੇਖਣ ਲਈ ਬਹੁਤ ਹੀ ਐਕਸਾਈਟਿਡ ਨੇ, ਪਰ ਫਿਲਮ ਬੈਨ ਹੋਣ ਕਰਕੇ ਇੰਡੀਆ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਸੀ, ਲੇਕਿਨ ਸੈਂਸਰ ਬੋਰਡ ਫਿਲਮ ਅੱਗੇ ਕਿਸੇ ਦੀ ਕੋਈ ਸੁਣਵਾਈ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਉਹ ਇਹ ਫਿਲਮ ਨੂੰ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਸੀ, ਜਿਸ ਨਾਲ ਉਹਨਾਂ ਦਾ ਪੰਜਾਬ ਦੀ ਹਿਸਟਰੀ ਬਾਰੇ ਉਹਨਾਂ ਨੂੰ ਕਾਫੀ ਕੁਝ ਪਤਾ ਲੱਗ ਸਕਦਾ ਹੈ। ਇਹ ਫਿਲਮ ਰੀਅਲ ਸਟੋਰੀ ਬੇਸ 'ਤੇ ਬਣਾਈ ਗਈ ਹੈ, ਜੋ ਕਿ ਸ਼ਹੀਦ ਬਾਈ ਗੁਜਰਾਤ ਸਿੰਘ ਤੂਫਾਨ 'ਤੇ ਬਣੀ ਹੈ, ਜਿਨ੍ਹਾਂ ਦੀ 19 ਸਾਲ ਦੀ ਉਮਰ ਵਿੱਚ ਹੀ ਸ਼ਹੀਦੀ ਹੋ ਗਈ ਸੀ। ਇਹਨਾਂ ਦੀ ਲੜਾਈ ਜਸਟਿਸ ਲਈ ਸੀ, ਜੋ ਕਿ ਖਾਲਿਸਤਾਨ ਲਈ ਸੀ। ਇਹਨਾਂ ਦੀ ਸਟੋਰੀ ਨੂੰ ਪੰਜਾਬ ਦਾ ਹਰ ਇੱਕ ਬੰਦਾ ਦੇਖਣਾ ਚਾਹੁੰਦਾ ਹੈ। ਭਾਈ ਗੁਜਰਾਤ ਸਿੰਘ ਭਗਤ ਸਿੰਘ ਦੇ ਬਹੁਤ ਹੀ ਵੱਡੇ ਫੈਨ ਸੀ। ਰਣਜੀਤ ਬਾਵਾ ਦੀ ਇਹ ਫਸਟ ਫਿਲਮ ਹੈ ਜਿਸ ਵਿੱਚ ਉਹਨਾਂ ਨੇ ਲੀਡ ਰੋਲ ਕੀਤਾ ਹੈ। ਥੈਂਕਸ ਫੋਰ ਵਾਚਿੰਗ ਵਿਦ ਵੀਡੀਓ। ਸਤਿ ਸ਼੍ਰੀ ਅਕਾਲ ਜੀ। ਰਣਜੀਤ ਬਾਵਾ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ, ਤੂਫਾਨ ਸਿੰਘ ਦੇ ਥ੍ਰਿਲਰ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਲਈ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ ਸਾਰੀ ਟੀਮ ਦਾ। ਫਾਈਨਲੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਜੀ 4 ਅਗਸਤ ਨੂੰ ਵਰਲਡ ਵਾਈਡ, ਔਰ ਜਿੱਥੇ ਕਿਤੇ ਵੀ ਤੁਹਾਡੇ ਨੇੜੇ ਦੇ ਥੀਏਟਰ ਆ ਉੱਥੇ ਲੱਗ ਰਹੀ ਆ ਅਤੇ ਜ਼ਰੂਰ ਦੇਖਣ ਜਾਇਓ। ਫਾਈਨਲੀ ਬਹੁਤ ਟਾਈਮ ਬਾਅਦ, ਬਹੁਤ ਮਿਹਨਤ ਦੇ ਬਾਅਦ ਇਹ ਫਿਲਮ ਰਿਲੀਜ਼ ਹੋਣ ਲਈ ਜਾ ਰਹੀ ਹੈ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਜ਼ਰੂਰ ਮੂਵੀ ਦੇਖਿਓ, ਕਿਉਂਕਿ ਮੂਵੀ ਬਹੁਤ ਮਿਹਨਤ ਲੱਗੀ ਆ, ਬਹੁਤ 2-2.5 ਸਾਲ ਦੀ ਵੇਟ ਕੀਤੀ ਆ। ਸੋ ਤੁਸੀਂ ਵੀ ਕੀਤੀ ਆ। ਸੋ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ। 4 ਅਗਸਤ ਨੂੰ ਮਿਲਦੇ ਹਾਂ ਸਿਨੇਮੇ ਘਰ ਤੂਫਾਨ ਸਿੰਘ ਦੇ ਨਾਲ। ਥੈਂਕ ਯੂ।